ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਜਲੰਧਰ ਵਿੱਚ ਹੋਇਆ ਵੱਡਾ ਹਾਦਸਾ ਜਿੱਥੇ ਇੱਕ ਘਰ ਵਿੱਚ ਸਿਲੰਡਰ ਫਟ ਗਿਆ ਹੈ। ਇਹ ਘਟਨਾ ਉਸ ਵੇਲੇ ਵਰਤੀ ਜਦੋਂ ਘਰ ਵਿੱਚ ਮਹਿਲਾ ਖਾਣਾ ਬਣਾ ਰਹੀ ਸੀ। ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਲੱਗੀ ਅਤੇ ਉਸ ਵਿੱਚ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਹਾਦਸੇ ਵਿੱਚ ਮਹਿਲਾ, ਉਸਦਾ ਪਤਨੀ ਅਤੇ ਬੱਚਾ ਜ਼ਖਮੀ ਹੋ ਗਏ। ਗਨੀਮਤ ਰਹੀ ਕਿ ਜ਼ਖਮੀਆਂ ਨੂੰ ਸਿਲੰਡਰ ਵਿੱਚ ਬਲਾਸਟ ਹੋਣ ਤੋਂ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ। ਪਰ ਨਜ਼ਦੀਕ ਰਹਿੰਦੇ ਦੁਕਾਨਦਾਰ ਨੇ ਦੱਸਿਆ ਕਿ ਉਸ ਕੋਲ ਜ਼ਖਮੀ ਬੱਚੇ ਦੌੜੇ ਆਏ ਅਤੇ ਘਰ ਵਿੱਚ ਲੱਗੀ ਅੱਗ ਬਾਰੇ ਦੱਸਿਆ ਅਤੇ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਸਿਲੰਡਰ ਫਟਣ ਨਾਲ ਆਸ ਪਾਸ ਦੇ ਘਰਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ, ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ। ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਆਪਣੀ ਬੇਟੀ ਸਕੂਲ ਛੱਡ ਗਏ, ਦੁਕਾਨ ਦਾ ਸ਼ਟਰ ਖੋਲਿਆ ਅਤੇ ਉੱਪਰ ਉੱਪਰ ਜਿਹੜਾ ਵਰਕਰ ਰਹਿੰਦੇ ਸੀ, ਮੀਆਂ ਬੀਬੀ ਦੇ ਬੱਚੇ ਦੋ ਨਾਲ ਸੀਗੇ, ਉਹ ਦੌੜੇ ਦੌੜੇ ਮੇਰੇ ਥੱਲੇ ਆਏ, ਕਹਿੰਦੇ ਆਹ ਪਕੜ ਲਈ ਆਹ ਪਕੜ ਲਈ ਆ। ਅਸੀਂ ਕਿਹਨੂੰ ਆਹ ਪਕੜਿਆ ਅਤੇ ਉਹ ਦੇਖਿਆ ਤਾਂ ਉਹਨਾਂ ਨੂੰ ਲੱਤਾਂ ਉੱਤੋਂ ਮਾੜੀਆਂ ਸੱਟ ਲੱਗੀ ਸੀ, ਪੌੜੀਆਂ ਗਿਰ ਗਈ, ਦੌੜ ਭੱਜ ਹੋ ਜਾਂਦੀ, ਕਿਸੇ ਨੇ ਰਗੜ ਲੱਗ ਜਾਂਦੀ ਹੈ, ਅਤੇ ਦੇਖਿਆ ਸਟੈਂਡਰ ਨੂੰ ਅੱਗ ਲੱਗੀ ਸੀ। ਫਿਰ ਮੈਂ ਲੱਕੀ ਨੂੰ ਫੋਨ ਕੀਤਾ, ਬਾਹਰ ਨੰਬਰ ਲਿਖਿਆ ਸੀਗਾ, ਇਹਨੂੰ ਬੁਲਾਇਆ। ਜਦੋਂ ਆਇਆ ਆਏ ਆ ਫਾਇਰ ਬ੍ਰਿਗੇਡ ਫੋਨ ਕੀਤਾ, ਫਾਦ ਸਾਹਿਬ ਆ ਗਏ, ਅਸੀਂ ਸਾਰੇ ਥੱਲੇ ਸੀਗੇ ਜਦੋਂ ਧਮਾਕਾ ਹੋਇਆ ਫਟ ਗਿਆ, ਉੱਤੋਂ ਫਾਇਰ ਬ੍ਰਿਗੇਡ ਆਗੂ ਜਾ ਕੇ ਚੱਲ ਗਏ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।